ਕੀ ਨਾਂ ਜੀ ਤੁਹਾਡਾ? ਮੈਂ ਗੁਰਮੀਤ ਸਿੰਘ, ਪਿੰਡ ਰਾਜਵੇਲਾ ਤੋਂ। ਕੀ ਅੱਜ ਮਾਮਲਾ ਹੋਇਆ, ਤੁਸੀਂ ਸਾਰੇ ਪਿੰਡ ਵਾਲੇ ਇਕੱਠੇ ਹੋਏ? ਅੱਜ ਦਾ ਮਾਮਲਾ ਇਹ ਹੈ ਕਿ ਕਾਫੀ ਦੇਰ ਤੋਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਨਹੀਂ ਹੋ ਰਹੀ ਅਤੇ ਕੁਝ ਬੰਦੇ ਮਿਲੀ ਭੁਗਤ ਨਾਲ ਕਿਸੇ ਦੇ ਨਾਂ ਬੋਲੀ ਕਰਵਾ ਕੇ ਪੈਲੀ ਕੋਈ ਹੋਰ ਹੁੰਦਾ। ਕੁਛ ਪਲਾਟਾਂ ਵਿੱਚ ਜ਼ਮੀਨ ਦਿੱਤੀ ਸੀ, ਉਹਦਾ ਕੋਈ ਕਬਜ਼ਾ ਨਹੀਂ ਹੋਇਆ, ਕਿਸੇ ਨੂੰ ਕਬਜ਼ਾ ਲਿਆ ਨਹੀਂ ਅਤੇ ਉਹ ਬੇਆਬਾਦ ਜ਼ਮੀਨ ਪਈ ਆ, ਉਹ 'ਚੋਂ ਮਿੱਟੀ ਚੁਕਾਈ ਗਈ ਆ। ਪਿੰਡ ਦਾ ਵਿਕਾਸ ਰੁਕਿਆ ਆ, ਹਰ ਪੱਖੋਂ ਪਿੰਡ ਪਿੱਛੇ ਜਾ ਰਿਹਾ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਕਰਕੇ ਇਹ ਸਭ ਕੁਛ ਹੋ ਰਿਹਾ। ਸਾਡੇ ਇਲਾਕੇ ਵਿੱਚ ਸਰਕਾਰ ਦੀ ਜਿਹੜੀ ਪ੍ਰਸ਼ਾਸਨ ਜਿਹੜੀ ਕਾਰੋਬਾਰ ਆ, ਬਿਲਕੁਲ ਜੀਰੋ ਜੀਰੋ ਦਿਖਾਈ ਦਿੰਦਾ, ਕੋਈ ਕੰਮ ਨਹੀਂ ਹੋ ਰਿਹਾ ਅਤੇ ਕੁਝ ਬੰਦੇ ਹੀ ਮਿਲ ਕੇ ਆਪਣੀ ਚਾਪਲੂਸੀ ਕਰਕੇ ਉਹ ਆਪਣਾ ਉੱਲੂ ਸਿੱਧਾ ਕਰ ਰਹੇ ਨੇ। ਪਿੰਡ ਦੇ ਬਾਰੇ ਉਹਨਾਂ ਨੇ ਬਿਲਕੁਲ ਵਿਕਾਸ ਦਾ ਕੋਈ ਕੰਮ ਕਰਨਾ ਬੰਦ ਕਰਵਾ ਦਿੱਤਾ ਅਤੇ ਜਦੋਂ ਪੈਸੇ ਆਏ ਸਰਕਾਰ ਵੱਲੋਂ ਉਹ ਵੀ ਪਏ ਹੋਏ ਨੇ, ਵਰਤੇ ਨਹੀਂ ਜਾ ਰਹੇ। ਕਿੰਨੀ ਕੁ ਜ਼ਮੀਨ ਆ ਜਿਸ ਦੀ ਬੋਲੀ ਨਹੀਂ ਹੋਈ ਔਰ ਪਲਾਟ ਕਿੰਨੀ ਜਗ੍ਹਾ 'ਚ ਕੱਟੇ ਗਏ? 3.5 ਕਿੱਲੇ ਜ਼ਮੀਨ ਜਿਹੜੀ ਸੀ ਉਹ ਪਿਛਲੇ ਸਾਲ 2-3 ਸਾਲ ਤੋਂ ਬੋਲੀ ਨਹੀਂ ਹੋਈ ਅਤੇ 5-6 ਕਿੱਲੇ ਦੀ ਪਿਛਲੇ ਸਾਲ ਬੋਲੀ ਹੋਈ ਸੀ। ਉਹਦੇ ਵਿੱਚ ਵੀ ਕਿਸੇ ਬੰਦੇ ਨੇ ਦੂਸਰੇ ਦੇ ਨਾਂ ਬੋਲੀ ਤੜਵਾ ਕੇ ਅਤੇ ਜ਼ਮੀਨ ਆਪ ਉਹਨੇ ਵਾਹੀ ਬੀਜੀ ਅਤੇ ਇਸ ਵਾਰ ਵੀ ਉਹਨਾਂ ਦਾ ਚਾਲਾ ਇਹੋ ਹੀ ਆ ਵੀ ਇਹ ਪਈ ਰਹੇਗੀ ਜ਼ਮੀਨ, ਅੰਦਰ ਖਾਤੇ ਅਸੀਂ ਇਹਨੂੰ ਆਪਣੇ ਕਬਜ਼ੇ 'ਚ ਲਾਂਗੇ, ਕਿਉਂਕਿ ਪਨੀਰੀ ਬੀਜਣੀ ਅਤੇ ਫਸਲ ਪਾਲੀ ਵਾਹੁਣੀ ਸਮੇਂ ਤੋਂ ਬਹੁਤ ਲੇਟ ਆ। ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਜੇ ਬੋਲੀ ਨਾ ਹੋਣੀ? ਅਸੀਂ ਪੰਚਾਇਤ ਨੂੰ ਜ਼ਿੰਮੇਵਾਰ ਮੰਨਦੇ ਹਾਂ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹਾਂ, ਕਿਉਂਕਿ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਤੁਰੰਤ ਇਹਦੀ ਬੋਲੀ ਕਰਵਾਈ ਜਾਏ ਅਤੇ ਇਹਦਾ ਜੋ ਬਣਦਾ ਪੈਸਾ ਉਹ ਪਿੰਡ ਦੇ ਵਿਕਾਸ 'ਚ ਲਾਇਆ ਜਾਏ। ਮੇਰਾ ਨਾਮ ਕਰਨੈਲ ਸਿੰਘ, ਮੈਂ ਸੇਵਾ ਮੁਕਤ ਅਧਿਆਪਕ ਵੀ ਹਾਂ। ਮੈਂ ਭਾਵੇਂ ਆਪ ਖੁਦ ਖੇਤੀ ਨਹੀਂ ਕਰਦਾ ਪਰ ਮੈਂ ਇਹ ਚਾਹੁੰਦਾ ਵੀ ਜਿਹੜੀ ਪਿੰਡ ਦੀ ਸਾਂਝੀ ਪ੍ਰਾਪਰਟੀ ਹੈ, ਜ਼ਮੀਨ ਜਿਹੜੀ ਹੈ, ਇਹ ਸਮੇਂ ਸਿਰ ਬੋਲੀ ਹੋਵੇ ਅਤੇ ਲੋਕ ਆਪਣੇ ਆਪਣੇ ਹਿਸਾਬ ਨਾਲ ਆਪਣੀ ਬੋਲੀ ਦੇ ਕੇ ਅਤੇ ਉਹਦਾ ਪੈਸਾ ਪੰਚਾਇਤ ਦੇ ਖਜ਼ਾਨੇ 'ਚ ਆਵੇ ਅਤੇ ਵਿਕਾਸ 'ਤੇ ਲੱਗੇ। ਦੂਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਕਿਸਾਨੀ ਕਰਦੇ ਜਿਹਨਾਂ ਕੋਲ ਆਪਣੀ ਜ਼ਮੀਨ ਨਹੀਂ, ਉਹ ਥੋੜ੍ਹੀ ਬਹੁਤੀ ਜ਼ਮੀਨ ਜਿਹੜੀ ਲੈ ਕੇ ਪਿੰਡ ਦਾ ਵੱਡੇ ਠੇਕੇ ਦੇ ਪੱਠੇ ਬੀਜਦਾ, ਕੋਈ ਚਾਰਾ ਬੀਜਦਾ, ਕੋਈ ਥੋੜ੍ਹੀ ਫਸਲ ਬੀਜਦਾ ਆ। ਬਹੁਤ ਸਾਰੇ ਲੋਕ ਇਸ ਪੰਜਾਬ ਦੀ ਜ਼ਮੀਨ 'ਚੋਂ ਲਾਭ ਲੈਣਾ ਚਾਹੁੰਦੇ ਆ, ਉਹ ਲੋਕ ਉਡੀਕ ਰਹੇ ਆ ਵੀ ਕਦੋਂ ਇਹਦੀ ਬੋਲੀ ਹੋਵੇ, ਕਦੋਂ ਅਸੀਂ ਇਹ ਤੋਂ ਵਿੱਚ ਆਪਣਾ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕੀਏ। ਇਸ ਕਰਕੇ ਬੇਜ਼ਮੀਨੇ ਜਾਂ ਥੋੜ੍ਹੀ ਜ਼ਮੀਨ ਵਾਲੇ ਲੋਕ ਆ ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਆ। ਅਸੀਂ ਇਹ ਚਾਹੁੰਦੇ ਹਾਂ ਵੀ ਸਮੇਂ ਸਿਰ ਇਹਦੀ ਬੋਲੀ ਹੋ ਕੇ ਅਤੇ ਪੈਸਾ ਵੀ ਪੰਜਾਬ ਦੇ ਫੰਡ ਜਾਵੇ ਅਤੇ ਵਿਕਾਸ ਦੇ ਕੰਮਾਂ 'ਤੇ ਲੱਗੇ, ਜਿਹੜਾ ਲੋਕਾਂ ਨੂੰ ਇਸ ਬੋਲੀ ਦਾ ਸੁੱਖ ਹੋਣਾ ਜਾਂ ਜਿਹਨਾਂ ਨੇ ਇਸ ਗੱਲ ਤੋਂ ਲਾਭ ਲੈਣਾ ਆ ਆਪਣੀ ਕਿਰਤ ਕਰਕੇ ਜਾਂ ਆਪਣਾ ਪੱਠਾ ਧੰਦਾ ਚਾਲੂ ਕਰਕੇ ਉਹ ਆਪਣਾ ਕਾਰੋਬਾਰ ਚਾਲੂ ਚਲਾ ਸਕਣ। ਸੋ ਮੇਰੀ ਪ੍ਰਸ਼ਾਸਨ ਨੂੰ ਅਤੇ ਮੌਜੂਦਾ ਪੰਜਾਬ ਨੂੰ ਵੀ ਬੇਨਤੀ ਹੈ ਕਿ ਉਹ ਜਦੋਂ ਜਲਦੀ ਪੰਜਾਬ ਦੀ ਬੋਲੀ ਦੀ ਕਰਾਉਣ ਜਾਣ ਤਾਂ ਕਿ ਹਰ ਇੱਕ ਬੰਦੇ ਦੇ ਮਨ ਨੂੰ ਤਸੱਲੀ ਹੋ ਸਕੇ। ਮੈਂ ਜਰਨਲ ਸਿੰਘ ਲੰਬੜਦਾਰ, ਪਿੰਡ ਰਾਜਵੇਲਾ ਜੀ। ਇਹ ਸਾਡੇ ਪਿੰਡ ਦਾ ਰਕਬਾ 590 ਹੱਦ ਵਸਤ 10 ਕਿੱਲੇ ਜ਼ਮੀਨ ਆ, ਜਿਹਦੀ ਬੋਲੀ 4 ਸਾਲ ਹੋ ਗਿਆ 4 ਕਿੱਲਿਆਂ ਦੀ ਨਹੀਂ ਹੋ ਰਹੀ। ਇਹ ਜਿਹੜੀ 5 ਕਿੱਲੇ ਜ਼ਮੀਨ ਆ ਉਹ 6 ਕਿੱਲੇ ਜ਼ਮੀਨ ਆ, ਉਹਦੀ ਬੋਲੀ ਵੀ ਨਹੀਂ ਅਜੇ ਤੱਕ ਹੋਈ। ਇਹਦੇ ਵਿੱਚ 50 ਘੰਟੇ ਕਹਿੰਦੇ ਕੰਪਿਊਟਰ ਕਿਰਾਇਆ ਚੱਲਿਆ, ਇੱਥੇ ਕੋਈ ਨਹੀਂ ਚੱਲਿਆ। ਇਹ ਜ਼ਮੀਨ ਦੀ ਬਿਲਕੁਲ ਬਰਬਾਦੀ ਆ ਕਿ ਚੌਣਾ ਮਾਲਦਾ ਚੁੱਕਦਾ। ਅਸੀਂ ਇਹ ਕਹਿੰਦੇ ਹਾਂ ਕਿ ਇਹਦੀ ਜ਼ਮੀਨ ਦੀ ਬੋਲੀ ਹੋਵੇ ਕਿ ਪਿੰਡ ਦੇ ਵਿਕਾਸ ਵਿੱਚ ਪੈਸਾ ਲੱਗੇ, ਕਿ ਮਾੜੇ ਮੋਟੇ ਜਿਹੜੇ ਜ਼ਮੀਨ ਆਪਣਾ ਛੋਟੇ ਜ਼ਿਮੀਂਦਾਰ ਆ ਉਹ ਆਵਾ ਥੋੜ੍ਹੀ ਥੋੜ੍ਹੀ ਜ਼ਮੀਨ ਲੈ ਕੇ ਤੇ ਆਪਣਾ ਗੁਜ਼ਾਰਾ ਕਰ। ਹੁਣ ਲੇਟ ਵੀ ਬਹੁਤ ਹੋ ਚੁੱਕਿਆ, ਜੇ ਹੁਣ ਬੋਲੀ ਹੁੰਦੀ ਤਾਂ ਕਿਵੇਂ ਮਤਲਬ ਕਿ ਇੱਥੇ ਬਿਜਾਈ ਕਰਨਗੇ ਝੋਨੇ ਦੀ? ਨਾ ਕੋਈ ਇਹਨੇ ਕੋਈ ਪਨੀਰੀ ਬੀਜੀ ਆ, ਨਾ ਕੋਈ ਸਾਧਨ ਹੀ ਆ, ਅਤੇ ਇਸ ਜ਼ਮੀਨ ਦੀ ਬੋਲੀ ਲੇਟ ਹੋਵੇ ਤਾਂ ਕੀ ਕਰਨਗੇ? ਛੋਟੇ ਛੋਟੇ ਮੰਗ ਇਹੋ ਕਰਨੇ ਕਿ ਸਾਡੇ ਇਹ ਜ਼ਮੀਨ ਦੀ ਬੋਲੀ ਜਲਦੀ ਹੋਵੇ। ਉਹ ਕੀ ਮੈਟਰ ਆ ਜੀ ਉਹਦਾ? ਮੈਂ ਜੀ ਇੱਥੇ ਹੁਣੇ ਹੀ 12 ਜੂਨ ਨੂੰ ਜੁਆਇਨ ਕੀਤਾ ਇਸ ਬਲਾਕ ਦੇ ਵਿੱਚ, ਅਤੇ ਜਿਹੜਾ ਮਸਲਾ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਵਾ, ਇਹਦੀ ਜਲਦੀ ਹੀ ਪੜਤਾਲ ਕਰਕੇ ਜੋ ਵੀ ਉੱਤੇ ਕੋਈ ਨਜਾਇਜ਼ ਕਾਰਜ ਕਰ ਰਿਹਾ ਜਾਂ ਕਿਸੇ ਕਿਸਮ ਦੀ ਕਤਾਈ ਹੋਈ ਉਹਦੇ ਖਿਲਾਫ਼ ਕਾਰਵਾਈ ਕਰਕੇ ਇਹਦੀ ਬੋਲੀ ਕਰਵਾਈ। ਥੈਂਕ ਯੂ।